हाँ जी, सत श्री अकाल सारियां नूं। अज दी वीडियो दे विच तुहानूं दसना आ कि आस्ट्रेलिया दी जिहड़ी आ वैक्सीनेशन दी परसेंटेज कितनी हो गई आ। पूरा स्टेट वाइज दसांगे क्योंकि बहुत जणे दे कमेंट्स आउंदे हुंदे आ कि इस स्टेट दी कितनी हो गई आ, ते कईआं नूं नहीं पता हैगा पूरा स्टेट वाइज डबल कितनी हो गई आ जां सिंगल कितनी हो गई आ, ते पूरा डिटेल दे विच अज उही दसांगे। ते हुण वीडियो करदे आ स्टार्ट। ते जिन्होंने हले तक चैनल नूं सबसक्राइब नहीं कीता प्लीज़ दोनों चैनल नूं सबसक्राइब जरूर कर लो। ते बस हुण वीडियो स्टार्ट करदे आ। फर्स्ट ऑफ ऑल आप गल करांगे स्टेट वाइज, एंड एंड ते मैं दसांगी कि ओवरऑल आस्ट्रेलिया की कितनी हुई आ। ते एक गल होर तुहानूं दसनी आ कि जिहड़ी मैं परसेंटेज दसनी आ, ये जिहड़े 16 प्लस एज दे आ उन्हां दी गल करदे आ। ओवरऑल नूं लैके थोड़ी बहुत घट वध हो सकती है, बट उन्होंने पूरा 16 प्लस जिहड़े भी है उन्हां दा दिता होया। फर्स्ट ऑफ ऑल स्टेट वाइज गल करते हैं। फर्स्ट नंबर पर आप गल करते हैं एक्ट की, जिहड़ा आस्ट्रेलियन कैपिटल टेरिटरी आ कैनबरा आ। उहदी जेकर आप फर्स्ट डोज की गल करिए तो उन्होंने 99% कंप्लीट हो गई आ, बट जिहड़ी डबल डोज आ वह 91.3% कंप्लीट हुई आ। उस तो बाद आंदा आ न्यू साउथ वेल। न्यू साउथ वेल की जिहड़ी फर्स्ट आ वह 93% हो गई आ, एंड जिहड़ी सैकेंड आ उन्हां दी 87% हो गई आ। एंड उस तो बाद आंदा विक्टोरिया। विक्टोरिया की जिहड़ी फर्स्ट डोज आ वह 91.5% हो गई आ, एंड सैकेंड 78.7% हो गई आ। एंड उस तो बाद आंदा आ तस्मानिया। तस्मानिया की जिहड़ी फर्स्ट डोज आ वह 88.6% आ, एंड सैकेंड जिहड़ी डबल डोज आ वह 74% कंप्लीट हो गई आ। एंड उस तो बाद साउथ आस्ट्रेलिया की गल करिए तो उन्हों का हजे जी फर्स्ट डोज आ वह 80.9% कंप्लीट हो गई है, एंड सैकेंड जी डबल डोज आ वह 65.2% आ। एंड उस तो बाद क्वींसलैंड की गल करते हैं जिथे असी रह रहे हैं, इतने की हजे फर्स्ट भी 80% नहीं हुई हैगी, जस्ट 77% आ, एंड जी डबल डोज आ वह हजे 63.1 आ। ਤਾਂ ਹੀ ਕਹਿ ਰਹੇ ਸੀਗੇ ਕਿ ਇੱਥੇ ਸਟੂਡੈਂਟਸ ਨੈਕਸਟ ਈਅਰ ਤੋਂ ਹੀ ਇੱਥੇ ਬਹੁਤ ਮਤਲਬ ਆ ਸਕਦੇ ਆ, ਟ੍ਰੈਵਲ ਸਲੋ ਚੱਲ ਰਿਹਾ ਹੈ ਵੈਕਸੀਨੇਸ਼ਨ ਦਾ। ਹਲ ਤੱਕ ਇਹਨਾਂ ਨੇ ਫਰਸਟ ਨੂੰ ਨਹੀਂ ਕੀਤਾ, ਬਾਕੀ ਸਾਰਿਆਂ ਦੀ ਆਲਮੋਸਟ ਫਰਸਟ ਹੋਣ ਵਾਲੀ ਹੈ 80। ਜਿਹਨਾਂ ਦੇ 80 ਤੋਂ ਘੱਟ ਆ ਉਹ ਥੱਲੇ ਵਾਲੇ ਸਾਰੇ ਦੱਸ ਦੇਣੇ ਸੀ, ਜਿਹਨਾਂ ਦੀ 80 ਤੋਂ ਫਰਸਟ ਡੋਜ਼ ਵੀ 80 ਤੋਂ ਘੱਟ ਆ। ਉਹ ਜਸਟ ਉਹ ਤਿੰਨ ਸਟੇਟਸ ਆ, ਕੁਈਨਸਲੈਂਡ ਆ, ਨਾਰਥਰਨ ਟੈਰੀਟਰੀ ਐਂਡ ਵੈਸਟਰਨ ਆਸਟ੍ਰੇਲੀਆ। ਇਹਨਾਂ ਦੀ ਹਜੇ 80 ਫਰਸਟ ਵੀ ਨਹੀਂ ਹੋਈ ਹੈਗੀ ਅੱਜ ਤੱਕ। ਕੁਈਨਸਲੈਂਡ ਦੀ ਹਜੇ 77.1 ਫਰਸਟ ਡੋਜ਼ ਹੋਈ ਆ, ਐਂਡ ਸੈਕਿੰਡ ਤਾਂ 63.1 ਆ। ਐਂਡ ਨਾਰਥਰਨ ਟੈਰੀਟਰੀ ਦੀ ਵੀ ਹਜੇ 75.7% ਹੀ ਫਸਟ ਡੋਜ਼ ਆ, ਐਂਡ ਸੈਕਿੰਡ ਉਹਨਾਂ ਦੀ 62.8 ਆ। ਐਂਡ ਸੇਮ ਇੱਦੀ ਵੈਸਟਰਨ ਆਸਟ੍ਰੇਲੀਆ ਦੀ ਆ, ਉਹਦੀ ਵੀ 77.9 ਫਸਟ ਡੋਜ਼ ਆ, ਐਂਡ ਓਵਰਆਲ ਡਬਲ ਡੋਜ਼ ਜਿਹੜੀ ਆ ਉਹ 62 ਆ। ਅਤੇ ਇਹੀ ਜਸਟ 3 ਸਟੇਟਸ ਆ, ਕੁਈਨਸਲੈਂਡ, ਨਾਰਥਰਨ ਟੈਰੀਟਰੀ ਐਂਡ ਵੈਸਟਰਨ ਆਸਟ੍ਰੇਲੀਆ। ਇਹਨਾਂ ਦੀ ਹਜੇ 80% ਹਜੇ ਇਹਨਾਂ ਨੇ ਫਸਟ ਵੀ ਨਹੀਂ ਆਪਣੀ ਕੀਤੀ, ਅਤੇ ਬਾਕੀਆਂ ਦੀ ਤਾਂ ਹੋ ਹੀ ਗਈ ਆ ਸਾਰਿਆਂ ਦੀ ਫਸਟ। ਅਤੇ ਜਿਹੜੀ ਡਬਲ ਡੋਜ਼ ਜਿਨ੍ਹਾਂ ਸਟੇਟਸ ਨੇ ਗੱਲ ਜਿਨ੍ਹਾਂ ਨੇ ਆਪਣੀ ਡਬਲ ਡੋਜ਼ ਨੂੰ ਹਿੱਟ ਕਰ ਲਿਆ ਆ, ਉਹ ਸਟੇਟ ਹੈਗੀ ਆ ਐਕਟ ਹੈਗੀ ਆ ਜਿੱਦਾਂ ਦੱਸਿਆ ਤੁਹਾਨੂੰ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਕੈਨਬਰਾ, ਉਹਨਾਂ ਨੇ ਆਪਣੀ ਕਰ ਲਈ ਆ, ਉਹਨਾਂ ਦੀ ਤਾਂ 91% ਹੀ ਹੋ ਗਈ ਆ। ਨਿਊ ਸਾਊਥ ਵੇਲ ਦੀ ਹੋ ਗਈ ਆ ਫਿਲਹਾਲ, ਜਸਟ ਇਹ ਦੋਨਾਂ ਦੀ ਹੋਈ ਆ 80 ਤੋਂ ਪਲੱਸ। ਬਾਕੀਆਂ ਦੀ ਜਿਹੜੀ ਵਿਕਟੋਰੀਆ ਵਗੈਰਾ ਆ ਬਾਕੀ ਸਾਰੇ ਉਹਨਾਂ ਦੀ ਜਸਟ ਹੋਣ ਵਾਲੀ ਆ। ਇਹਨਾਂ ਦੋਨਾਂ ਦੇ ਟਰੈਵਲਿੰਗ ਵੀ ਸਟਾਰਟ ਹੋਣ ਵਾਲੀ ਆ, ਬਸ ਕੁਝ ਵੀਕਸ ਦੇ ਵਿੱਚ ਇਹਨਾਂ ਦੀ ਟਰੈਵਲਿੰਗ ਵੀ ਸਟਾਰਟ ਹੋ ਜਾਣੀ। ਕਈਆਂ ਨੂੰ ਇਹ ਹੋਣਾ ਕਿ 80% ਹੋ ਗਿਆ ਬਟ ਟਰੈਵਲ ਨਹੀਂ ਕਰ ਸਕਦੇ, ਬਟ ਉਹਨਾਂ ਨੇ ਹੁਣ ਕਰ ਦੇਣਾ ਹੈ। ਇਹ ਨਹੀਂ ਕਿ ਬਸ 80 ਅੱਜ ਹੋਇਆ ਤਾਂ ਉਹਨਾਂ ਨੇ ਅੱਜ ਹੀ ਕਰ ਦੇਣੀ ਸੀਗੀ, ਹੁਣ ਜਸਟ ਜਿੱਦਾਂ ਵੀ ਉਹਨਾਂ ਦੀ ਪਲੈਨਿੰਗ ਆ ਕੁਝ ਫਿਊ ਵੀਕਸ 'ਚ ਉਹਨਾਂ ਨੇ ਸਟਾਰਟ ਕਰਨਗੇ। ਅਤੇ ਇਹ ਸੀਗਾ ਪੂਰਾ ਵੈਕਸੀਨੇਸ਼ਨ ਦਾ ਡਾਟਾ। ਐਂਡ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਹੁਣ ਓਵਰਆਲ ਦੀ, ਅਤੇ ਓਵਰਆਲ ਜਿਹੜੀ ਆਸਟ੍ਰੇਲੀਆ ਦੀ ਫਸਟ ਡੋਜ਼ ਆ ਉਹ ਤਾਂ 88% ਕੰਪਲੀਟ ਹੋ ਗਈ ਆ, ਬਟ ਜਿਹੜੀ ਸੈਕਿੰਡ ਡੋਜ਼ ਆ ਉਹ 76.2 ਹੋ ਗਈ ਆ। ਬਸ 80 ਉਹ ਵੀ ਜਲਦੀ ਹੋ ਜਾਣੀ, ਥੋੜੇ ਟਾਈਮ ਤੱਕ ਹੋ ਜਾਣੀ ਆ। ਇਹ ਉਹ ਤੁਹਾਨੂੰ ਸਟੇਟ ਵਾਈਜ਼ ਸਾਰਾ ਦੱਸ ਦਿੱਤਾ ਆ। ਤੇ ਜਦੋਂ 80% ਡਬਲ ਡੋਜ਼ ਹੋ ਗਈ ਆ, ਸਟੂਡੈਂਟਸ, ਟੂਰਿਸਟ ਜਾਂ ਹੋਰ ਵੀ ਵੀਜ਼ਾ ਵਾਲੇ ਉਹਨਾਂ ਨੇ ਬਾਰਡਰ ਓਪਨ ਕਰ, ਉਹਨਾਂ ਲਈ ਉਹ ਬਾਰਡਰ ਓਪਨ ਹਲੇ, ਕਿਉਂਕਿ ਉਹਨਾਂ ਦੀ ਕਾਫੀ ਸਟੇਟਸ ਇਦਾਂ ਦੀਆਂ ਪਈਆਂ ਆ ਜਿਨ੍ਹਾਂ ਦੀ ਹਜੇ ਫਸਟ ਵੀ 80% ਨਹੀਂ ਹੋਈ ਹੈਗੀ, ਇਸ ਕਰਕੇ ਹਜੇ ਕੋਈ ਇਦਾਂ ਦਾ ਸਟੈਪ ਨਹੀਂ ਚੱਕ ਰਹੇ ਹੈਗੇ। ਜਿੰਨੀ ਸਾਰੀ ਸਟੇਟਸ ਦੀ ਹੋ ਗਈ ਤਾਂ ਫਿਰ ਇਹਨਾਂ ਨੇ ਕਰ ਰਹੇ ਨੇ, ਹਜੇ ਜਿੱਦਾਂ ਤੁਹਾਨੂੰ ਦੱਸਿਆ ਜਸਟ 2 ਸਟੇਟਸ ਨੇ ਆਪਣਾ ਕੀਤਾ ਹੈ। ਅਤੇ ਇੱਕ ਗੱਲ ਹੋਰ ਤੁਹਾਨੂੰ ਦੱਸਣੀ ਸੀ ਕਿ ਪਹਿਲਾਂ ਵੈਸੇ ਕਾਫੀ ਲਾਸਟ ਵੀਡੀਓ ਦੇ ਵਿੱਚ ਦੱਸਿਆ ਆ ਕਿ ਜਿੱਦਾਂ ਉਹਨਾਂ ਨੇ ਕਿਹਾ ਸੀਗਾ ਕਿ ਉਹਨਾਂ ਨੇ ਇਸ ਈਅਰ ਦੇ ਐਂਡ ਤੱਕ ਸਿਰਫ ਉਹੀ ਸਟੂਡੈਂਟਸ ਨੂੰ ਬੁਲਾਉਣਾ ਜਿਨ੍ਹਾਂ ਦਾ ਇਨਟੇਕ ਪਹਿਲਾਂ ਸਟਾਰਟ ਹੋ ਜਾਣਾ, ਮਤਲਬ ਆਈ ਥਿੰਕ ਜਨਵਰੀ ਜਾਂ ਫੈਬਰਰੀ ਜਿਨ੍ਹਾਂ ਦਾ ਹੋਊਗਾ, ਜਸਟ ਸਮਾਲ ਨੰਬਰਸ ਦੇ ਵਿੱਚ ਉਹਨਾਂ ਨੂੰ ਬੁਲਾਉਣਾ ਆ। ਅਤੇ ਜੇਕਰ ਗੱਲ ਕਰੀਏ ਕਿ ਹਾਂ ਜਿੱਦਾਂ ਕੋਵਿਡ ਤੋਂ ਪਹਿਲਾਂ ਹੁੰਦਾ ਸੀਗਾ ਕੋਈ ਵੀ ਕਦੋਂ ਵੀ ਜਾ ਸਕਦਾ ਹੈ, ਇਸ ਸਿਚੁਏਸ਼ਨ ਹਜੇ ਨੈਕਸਟ ਈਅਰ ਆਊਗੀ। ਨੈਕਸਟ ਈਅਰ ਉਹਨਾਂ ਇੱਦਾਂ ਹੋਊਗਾ ਕਿ ਆਪਾਂ ਸਾਰੇ ਸਟੂਡੈਂਟਸ ਲਾਰਜ ਨੰਬਰ ਦੇ ਵਿੱਚ ਆ ਸਕਦੇ ਹਾਂ।
ਤੇ ਇਸ ਚੀਜ਼ ਨੂੰ ਲੈ ਕੇ ਬਹੁਤ ਜਾਣੇ ਸਟੂਡੈਂਟਸ ਦੇ ਕਮੈਂਟਸ ਆਉਂਦੇ ਹੁੰਦੇ ਆ ਕਿ ਇਹਨਾਂ ਨੇ ਸਾਰੇ ਸਟੂਡੈਂਟਸ ਨੂੰ ਲਾਸਟ ਨੰਬਰ ਦੇ ਵਿੱਚ ਕਦੋਂ ਬੁਲਾਉਣਾ ਆ ਜਿੱਦਾਂ ਨਾਰਮਲੀ ਬੁਲਾਉਂਦੇ ਸੀਗੇ ਪਹਿਲਾਂ ਤੇ ਜਿੱਦਾਂ ਤੁਹਾਨੂੰ ਦੱਸਿਆ ਕਿ ਜਿਹੜੀਆਂ ਸਟੇਟਸ ਨੇ ਤਾਂ 80% ਹੋ ਗਈ ਆ ਉਹਨਾਂ ਨੇ ਤਾਂ ਕਿਹਾ ਆ ਕਿ ਉਹਨਾਂ ਨੇ ਇਸ ਈਅਰ ਦੇ ਐਂਡ ਤੱਕ ਜਿਹੜੇ ਸਮਾਲ ਨੰਬਰ ਦੇ ਵਿੱਚੋਂ ਸਟੂਡੈਂਟਸ ਨੂੰ ਬੁਲਾਉਣਾ ਸਟਾਰਟ ਕਰ ਲੈਣਾ ਆ ਬਾਕੀ ਜਿੱਦਾਂ ਤੁਹਾਨੂੰ ਪਤਾ ਕਿ ਬਾਕੀ ਥੋੜੀਆਂ ਬਾਕੀ ਜਿਹੜੀਆਂ ਸਟੇਟਸ ਹੈਗੀਆਂ ਉਹਨਾਂ ਦਾ ਹਜੇ 80% ਨਹੀਂ ਹੋਇਆ ਤੇ ਜਿੱਦੀ ਉਹਨਾਂ ਦਾ ਹੋਊਗਾ ਉਹਨਾਂ ਨੇ ਵੀ ਬੁਲਾ ਲੈਣਾ ਤੇ ਇੱਕ ਵਾਰੀ ਫਿਰ ਇਹੀ ਕਹਿ ਰਹੇ ਆ ਕਿ ਜਿੱਦਾਂ ਪਹਿਲਾਂ ਨਾਰਮਲੀ ਸਟੂਡੈਂਟ ਆਉਂਦੇ ਹੁੰਦੇ ਸੀਗੇ ਜਿੱਦਾਂ ਦੀ ਸਿਚੁਏਸ਼ਨ ਕੋਵਿਡ ਤੋਂ ਪਹਿਲਾਂ ਸੀਗੀ ਕਿ ਕੋਈ ਰਿਸਟ੍ਰਿਕਸ਼ਨਸ ਨਹੀਂ ਸੀਗੀਆਂ ਜਿੱਦਾਂ ਮਰਜ਼ੀ ਜਿੰਨੇ ਮਰਜ਼ੀ ਸਟੂਡੈਂਟ ਜਾ ਸਕਦੇ ਆ ਉਹ ਨੈਕਸਟ ਈਅਰ ਹੀ ਹੋਊਗਾ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਸੀਗਾ ਤੇ ਇਹੀ ਪੂਰਾ ਤੁਹਾਨੂੰ ਪਰਸੈਂਟੇਜ ਦਾ ਦੱਸਣਾ ਸੀਗਾ ਕਿ ਹੋਪਫੁਲੀ ਤੁਹਾਨੂੰ ਸਾਰਾ ਪਤਾ ਲੱਗ ਗਿਆ ਹੋਊਗਾ ਕਿ ਕਿੰਨੀ ਵੈਕਸੀਨੇਸ਼ਨ ਕੀ ਆਸਟ੍ਰੇਲੀਆ ਦੇ ਵਿੱਚ ਚੱਲ ਰਹੀ ਹੈ ਸਟੇਟ ਵਾਈਜ਼ ਚੱਲ ਰਿਹਾ ਆ ਤੇ ਹਜੇ ਓਵਰਆਲ 80% ਬਸ ਹੋਣ ਵਾਲੀ ਆ ਕੁਝ ਪਰਸੈਂਟੇਜ ਰਹਿ ਗਈ ਆ ਬਸ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮਿਲਦੇ ਹਾਂ ਜਲਦੀ ਨੈਕਸਟ